ਸਾਰਾ ਗਰਾਵਾਂ ਦਾ ਭਾਰ ਹੈ। ਕਿਉਂ ਇਹ ਕੀ ਵਜ੍ਹਾ ਬਾਬਾ ਜੀ, ਗਨਾਵਾਂ ਦਾ ਭਾਰ ਇੱਥੇ ਕੀ ਗਨਾਹ ਕਰ ਛੱਡਿਆ ਜਿਹੜੀ ਕਣਕ ਨਹੀਂ ਉੱਗਣ ਦੀ? ਅੱਲਾ ਜਾਣਦਾ, ਮੈਂ ਤਾਂ ਆਉਂਦਾ ਹੀ ਨਹੀਂ ਰਿਹਾ ਬਾਬਾ ਜੀ। ਤੇਰੀ ਗੱਲ ਤਾਂ ਸੁਣੋ, ਬਾਬਾ ਸਾਡਾ ਜ਼ਮੀਨ ਚ ਸੋਇਆ ਸੋਨਾ ਕੱਢਣ ਦਿਆ ਅੱਜ, ਬਾਬਾ ਸਾਡਾ ਜ਼ਮੀਨ ਚ ਸੋਨਾ ਕੱਢਣ ਦਿਆ, ਇੱਥੇ ਕੁਛ ਨੀ ਉੱਗਣਾ। ਨਾ ਜੀ ਨਾ, ਉਹੀ ਪਹਿਲੀ ਜਿੱਥੇ ਤੁਸੀਂ ਵੱਟ ਪਾ ਗਏ ਸੀ, ਕੋਈ ਕਣਕ ਛਿੜਕ ਕੋਈ ਉੱਗੀ, ਥੱਲੇ ਸਿੱਲ ਚੜ੍ਹੀ, ਉੱਦਾਂ ਹੀ ਜ਼ਮੀਨਾਂ ਖਤਮ ਹੋ ਗਈਆਂ 96 ਦੀਆਂ। ਬਾਬਾ ਸਾਡਾ ਹੱਥ ਮਾਰ ਮਾਰ ਕੇ ਥੱਲੋਂ ਲੱਭਣ, ਕੋਈ ਬੂਟਾ ਉੱਗਿਆ ਕਿ ਨਹੀਂ। ਰਾਣਾ ਸਾਹਿਬ ਕਿਉਂ ਨੀ ਉੱਗ ਰਹੀ ਕਣਕ, ਕੀ ਵਜ੍ਹਾ? ਦਾਣਾ ਕੋਈ ਨੀ ਗਾ, ਦਾਣੇ ਗਲ ਗੁਲ ਗਏ ਥੱਲੇ, ਦਾ ਵੇਖਿਆ ਕਿੰਨੀ ਥੱਲੋਂ ਗਿੱਲੀ ਜ਼ਮੀਨ ਹੈਗੀ। ਨਹੀਂ ਹੁਣ ਇਸ ਬਾਰੇ ਤੁਹਾਡਾ ਕੀ ਕਹਿਣਾ, ਲੱਭਿਆ ਕਿਤੋਂ ਦਾਣਾ ਵਿੱਚੋਂ ਕੋਈ ਕਿ ਨਹੀਂ? ਇਹ ਨਹੀਂ ਉੱਗਦੀ, ਬਾਬਾ ਰਾਣਾ ਤੇ ਨਾਦਰੀ ਨੂੰ ਸੁਣਨਾ ਚਾਹ ਰਹੇ ਨੇ ਵੀ ਕਣਕ ਇੱਥੇ ਕਿਉਂ ਨਹੀਂ ਉੱਗਦੀ, ਦੱਸੋ, ਕੈਮਰਾ ਚੱਲ ਰਿਹਾ, ਰਿਕਾਰਡਿੰਗ ਹੋ ਰਹੀ ਹੈ, ਦੱਸੋ ਇੱਧਰ ਨੂੰ ਮੂੰਹ ਕਰਕੇ ਦੱਸੋ ਕਿਉਂ ਨਹੀਂ ਉੱਗਦੀ ਪਈ ਕਣਕ? ਨਹੀਂ ਨਹੀਂ ਬਾਬਾ ਨਹੀਂ ਦੱਸਦਾ, ਦਾਣਾ ਕੋਈ ਲੱਭਿਆ ਤੇ ਦੱਸਾਂਗੇ। ਨਹੀਂ ਵਜ੍ਹਾ ਕੀ ਹੈ, ਦਾਣਾ ਕਿਉਂ ਨਹੀਂ ਲੱਭਦਾ ਪਿਆ? ਬਾਬਾ ਕਿਉਂ ਨੀ ਉੱਗੀ ਕਣਕ? ਮੈਂ ਵੇਖਣ ਡਿਆ ਬਾਬਾ, ਤਜੰਬਲ ਦੀ ਵੀ ਨੀ, ਨਾਲ ਗੁਆਂਢੀਆਂ ਦੀ ਵੀ ਨੀ ਉੱਗੀ, ਇਹ ਵੀ ਨੀ ਉੱਗੀ, ਕੀ ਵਜ੍ਹਾ? ਇੱਕ ਇੱਕ ਦਾਣਾ ਵੀ ਨੀ ਉੱਗਿਆ। ਆਹ ਬਾਬਾ ਅੰਗੂਰੀ ਵਿੱਚ ਦਿਆ ਤੇ ਹੈ ਮਾਰਨਾ, ਉਹਦੇ ਦਿਆ ਨਾ ਉੱਗੇਗਾ, ਦਿਆ ਨਾ ਮਾਰਨ। ਇਹ ਸਾਰੀਆਂ ਅੱਜ ਕੱਲ ਜਿਹੜੀ ਨਾ ਗਨਾਵਾਂ ਦਾ ਭਾਰ ਹੈ। ਕਿਉਂ ਜਟਾ, ਇਹ ਸਾਰਾ ਗਨਾਵਾਂ ਦਾ ਭਾਰ ਹੈ। ਕਿਉਂ ਇਹ ਕੀ ਵਜ੍ਹਾ ਬਾਬਾ ਜੀ, ਗਨਾਵਾਂ ਦਾ ਭਾਰ ਇੱਥੇ ਕੀ ਗਨਾਹ ਕਰ ਛੱਡਿਆ ਜਿਹੜੀ ਕਣਕ ਨਹੀਂ ਉੱਗਣ ਦੀ? ਅੱਲਾ ਜਾਣਦਾ, ਮੈਂ ਤਾਂ ਆਉਂਦਾ ਹੀ ਨਹੀਂ ਰਿਹਾ ਬਾਬਾ ਜੀ। ਤੇਰੀ ਗੱਲ ਤਾਂ ਸੁਣੋ, ਹਕੂਮਤ ਸਹੀ ਆਉਣੀ ਕਿਹਦਾ ਕੋਈ ਚਾਹੀਦੀ ਬਾਬਾ ਜੀ? ਨਵਾਜ਼ ਸ਼ਰੀਫ ਬਹੁਤ ਚੰਗਾ, ਨਵਾਜ਼ ਸ਼ਰੀਫ ਆਪਾਂ ਨੂੰ ਕੀ ਦਿੱਤਾ ਵਾ, ਕੀ ਦਿੱਤਾ ਉਹਨੇ? ਗਰੀਬ ਅਮੀਰ ਸਾਰੇ ਇੱਕ ਹੋ ਜਾਏ। ਅੱਛਾ, ਸ਼ੁਕਰ ਖਾਂਦੇ ਸੀ, ਹੁਣ ਲੰਨ ਖਾ ਲੈ। ਤੇ ਇਮਰਾਨ ਖਾਨ ਨੇ ਕਿਹੜੀ ਗਲਤੀ ਕੀਤੀ? ਇਮਰਾਨ ਖਾਨ ਨੇ ਕੀ ਨਹੀਂ ਆਪਾਂ ਨੂੰ ਦਿੱਤਾ? ਉਹਦੀ ਦਿੱਤਾ ਭੈਣ ਨੂੰ ਲਾਨੋ ਮਲਕੀ ਖਵਾ ਦੇਣ ਲੱਗਾ ਸੀ। ਨਹੀਂ ਉਹਨੇ ਤਾਂ ਬਹੁਤ ਕੰਮ ਕਰਵਾ ਛੇ ਸਰਕਾਰੀ ਜ਼ਿਮੀਦਾਰ ਨੂੰ, ਉਹਦੇ ਵਿੱਚ ਬਹੁਤ ਫਾਇਦਾ ਹੋਇਆ ਇਮਰਾਨ ਖਾਨ ਦੇ। ਬੈਠੇ ਨਾ ਉੱਠਣਗੇ। ਨਹੀਂ ਬਾਬਾ ਜੀ, ਜ਼ਿਮੀਦਾਰ ਨੂੰ ਤਾਂ ਉਹਨਾਂ ਨੇ ਬੜਾ ਫਾਇਦਾ ਹੋਇਆ, ਨਵਾਜ਼ ਸ਼ਰੀਫ ਦੀ ਹਕੂਮਤ ਆਈ ਤੇ ਫਸਲ ਬਹੁਤ ਸਸਤੀ ਹੋ ਗਈ। ਫਾਇਦਾ ਹੋਇਆ ਮੁਲਕ ਦੇ ਵਿੱਚ, ਪੈਸਾ ਨਹੀਂ ਰਿਹਾ। ਨਹੀਂ ਨਹੀਂ ਨਹੀਂ, ਜ਼ਿਮੀਦਾਰ ਨੂੰ ਤਾਂ ਆਪਾਂ ਵੀ ਜ਼ਿਮੀਦਾਰ, ਆਪਾਂ ਨੂੰ ਫਾਇਦਾ, ਆਪਾਂ ਹੀ ਗਾਲਾਂ ਕੱਢਣ ਦੇ ਇਮਰਾਨ ਖਾਨ ਨੂੰ। ਕਿੱਥੋਂ ਫਾਇਦਾ ਹੋਇਆ? ਹੋਰ ਫਾਇਦਾ ਹੋਇਆ, ਬੁਰਕੀ ਲੱਭਦੀ ਸੀ ਉਹ ਨਹੀਂ ਹੁਣ ਲੱਭਣ ਡਈ। ਨਹੀਂ ਨਹੀਂ, 12,000 ਨੂੰ ਨਰਮਾ ਹੋਇਆ ਨਵਾਜ਼ ਸ਼ਰੀਫ ਦੇ ਦੌਰੇ, 5-6 ਹਜ਼ਾਰ ਸੀ ਮਸਾਂ ਹੀ। ਕਿੱਥੇ ਕਿਹਦਾ ਨਰਮਾ ਹੋਇਆ ਨਵਾਜ਼? ਆਹ ਹੁਣ
ਫਸਲ ਨਾ ਹੋਵੇ ਤੇ ਉਹ ਤੇ ਫਿਰ ਰੱਬ ਦੇ ਕੰਮਾਂ ਦਾ ਪਤਾ ਹੁਣ ਰੱਬ ਇਹਨਾਂ ਦੀ ਭੈਣ ਨੂੰ ਲੰਘ ਦੇਣ ਜਿਹੜੇ ਮਗਰ ਲੱਗੇ ਨੇ ਜਿਨ੍ਹਾਂ ਦੀ ਕਣਕ ਨੀ ਉਗੀ ਉਹਨਾਂ ਨੂੰ ਨੀ ਛੇੜਨਾ। ਜ਼ਿਮੀਦਾਰ ਬੜੇ ਗੁੱਸੇ ਚ ਨੇ ਇਸ ਟਾਈਮ।